ਖੁਸ਼ਹਾਲੀ ਹੀ ਖੁਸ਼ਹਾਲੀ ਸੀ, ਜਿਸਦੇ ਚਾਰੇ ਪਾਸੇ ਹਰਿਆਵਲੀ ਹੀ ਹਰਿਆਵਲੀ ਸੀ। ਮੰਨਦੇ ਸੀ ਲੋਕ ਜਿੱਥੇ ਪਿਆਰ ਅਤੇ ਵਿਸ਼ਵਾਸ ਨੂੰ, ਮੰਨਦੇ ਸੀ ਲੋਕ। ਥੈਂਕ ਯੂ। ਕਸਮ ਖਾਂਦੇ ਹਾਂ ਤੇ ਅਸੀਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ, ਹਾਦਸਾ ਮੁਕਤ, ਅਪਰਾਧ ਮੁਕਤ ਅਤੇ ਬਿਮਾਰੀ ਮੁਕਤ ਕਰਨ ਲਈ ਤਨ ਮਨ ਅਤੇ ਧਨ ਨਾਲ ਕੋਸ਼ਿਸ਼ ਕਰਾਂਗੇ। ਅਸੀਂ ਪੰਜਾਬ ਪੁਲਿਸ ਅਤੇ ਐਡਮਿਨਿਸਟ੍ਰੇਸ਼ਨ ਦਾ ਪੂਰਾ ਸਾਥ ਦੇਵਾਂਗੇ ਅਤੇ ਪ੍ਰਣ ਕਰਦੇ ਹਾਂ ਕਿ ਜ਼ਿੰਦਗੀ ਵਿੱਚ ਅਸੀਂ ਕਦੇ ਵੀ ਨਸ਼ਾ ਨਹੀਂ ਕਰਾਂਗੇ। ਆਪਣੇ ਦੇਸ਼, ਆਪਣੇ ਦੇਸ਼, ਸਮਾਜ ਅਤੇ ਘਰਾਂ ਦੇ ਕਾਨੂੰਨਾਂ ਦੀ ਇਮਾਨਦਾਰੀ ਨਾਲ ਹਮੇਸ਼ਾ ਪਾਲਣਾ ਕਰਾਂਗੇ। ਥੈਂਕ ਯੂ। ਜੈ ਹਿੰਦ। ਅੱਜ ਪਟਿਆਲਾ ਪੁਲਿਸ ਵੱਲੋਂ ਸਾਂਝ ਕੇਂਦਰ ਦੀ ਮਦਦ ਦੇ ਨਾਲ ਇੱਕ ਹਿਊਮਨ ਚੇਨ ਬਣਾਈ ਗਈ ਹੈ, ਜਿਹਦੇ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਪਾਰਟੀਸਪੇਟ ਕੀਤਾ। ਕਿਉਂਕਿ ਜਿਸ ਤਰ੍ਹਾਂ ਓਨਰੇਬਲ CM ਸਾਹਿਬ ਦਾ ਇਹ ਇੰਡੈਵਰ ਹੈ ਕਿ ਇੱਕ ਮਹੀਨੇ ਦੇ ਵਿੱਚ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਨਾ ਵਾ, ਉਸੇ ਸੰਬੰਧ ਦੇ ਵਿੱਚ ਪਟਿਆਲਾ ਪੁਲਿਸ ਵੱਲੋਂ ਜਿੱਥੇ ਜਿੱਥੇ ਇਨਫੋਰਸਮੈਂਟ ਚਲਾਈ ਜਾ ਰਹੀ ਆ, ਵੱਖ ਵੱਖ ਨਸ਼ੇ ਦੇ ਜਿਹੜੇ ਪੈਡਲਰਸ ਆ ਉਹਨਾਂ ਨੂੰ ਫੜਿਆ ਜਾ ਰਿਹਾ ਵਾ, ਉਹਦੇ ਨਾਲ ਨਾਲ ਅਵੇਅਰਨੈਸ ਕੈਂਪ ਔਰ ਬੱਚਿਆਂ ਨੂੰ ਐਜੂਕੇਟ ਕਰਨ ਦਾ ਵੀ ਕੰਮ ਚੱਲ ਰਿਹਾ ਵਾ। ਕਿਉਂਕਿ ਪੰਜਾਬ ਪੁਲਿਸ ਦੀ ਇੱਕ ਜਿਹੜੀ ਲਿਮਿਟਿਡ ਮੈਨਪਾਵਰ ਆ, ਔਰ ਜਦੋਂ ਤੱਕ ਅਸੀਂ ਪੂਰੀ ਸੁਸਾਇਟੀ ਨੂੰ ਔਰ ਖਾਸ ਕਰਕੇ ਬੱਚਿਆਂ ਨੂੰ ਇਨਵੋਲਵ ਨਹੀਂ ਕਰਾਂਗੇ, ਉਦੋਂ ਤੱਕ ਅਸੀਂ ਆਪਣੇ ਮਕਸਦ 'ਚ ਪੂਰੀ ਤਰ੍ਹਾਂ ਸਕਸੈਸਫੁਲ ਨਹੀਂ ਹੋ ਸਕਦੇ। ਸੋ ਇਸੇ ਕੜੀ ਨੂੰ ਜੋੜਦੇ ਹੋਏ ਅੱਜ ਬੱਚਿਆਂ ਨੇ ਹਿਊਮਨ ਚੇਨ ਬਣਾਈ ਆ, ਔਰ ਸਾਡਾ ਪੰਜਾਬ ਪੁਲਿਸ ਦਾ ਖਾਸ ਕਰਕੇ ਪਟਿਆਲਾ ਪੁਲਿਸ ਦਾ ਇੰਡੈਵਰ ਆ ਕਿ ਸਾਰੇ ਦੇ ਸਾਰੇ ਜਿਹੜੇ ਬੱਚੇ ਆ ਸਕੂਲਾਂ ਦੇ ਬੱਚਿਆਂ ਨੂੰ ਇਸ ਮੁਹਿੰਮ ਦੇ ਵਿੱਚ ਸ਼ਾਮਲ ਕੀਤਾ ਜਾਵੇ। ਅੱਜ ਜਿਹੜੀ ਹੈ ਜੀ ਜ਼ਿਲ੍ਹਾ ਪੁਲਿਸ ਪਟਿਆਲਾ ਸਾਂਝ ਕੇਂਦਰ ਪਟਿਆਲਾ ਦੇ ਸਹਿਯੋਗ ਦੇ ਨਾਲ ਜਿਹੜੀ ਹੈਗੀ ਸਕੂਲ ਕਾਲਜਾਂ ਵੱਲੋਂ ਇੱਕ ਰੈਲੀ ਅਤੇ ਜਿਹੜੀ ਆ ਹਿਊਮਨ ਚੇਨ ਬਣਾਈ ਜਾ ਰਹੀ ਹੈ ਨੌਜਵਾਨ ਬੱਚੇ ਬੱਚੀਆਂ ਨੂੰ ਲੈ ਕੇ, ਤਾਂ ਕਿ ਨਸ਼ਿਆਂ ਦਾ ਜਿਹੜਾ ਤਿਆਗ ਕਰਨ ਦਾ ਅਸੀਂ ਸੁਨੇਹਾ ਦੇ ਸਕੀਏ ਅਤੇ ਸਾਡੇ ਪੰਜਾਬ ਨੂੰ ਰੋਸ਼ਨ ਕਰ ਸਕੀਏ, ਅਤੇ ਜਿਹੜਾ ਪੰਜਾਬ ਸਾਡਾ ਕਦੇ ਗੁਲਾਬ ਦਾ ਫੁੱਲ ਹੁੰਦਾ ਸੀ ਉਹਨੂੰ ਦੁਬਾਰਾ ਉੱਦਾਂ ਮਹਿਕਣ ਲਾਈਏ। ਇਹ ਅੱਜ ਸਾਰੇ ਸਕੂਲਾਂ ਦੇ ਕਾਲਜਾਂ ਦੇ ਬੱਚੇ ਜਿਹੜੇ ਨੇ ਉਹ ਇੱਥੇ ਇਕੱਠੇ ਹੋਏ ਨੇ। ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਅਤੇ ਜਿਹਨੂੰ SP ਜਿਹੜੇ ਨੇ ਸਾਡੇ ਸਿਟੀ ਸ਼੍ਰੀ ਸੁਖਦੇਵ ਵਿਰਕ ਜੀ ਦੀ ਪੂਰੀ ਨਿਰਦੇਸ਼ਨਾ ਦੇ ਵਿੱਚ ਸਾਰਾ ਕੁਝ ਕੀਤਾ ਜਾ। ਰੈਲੀ ਇਸ ਲਈ ਕੱਢੀ ਤਾਂ ਕਿ ਲੋਕ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਅਤੇ ਇਸ 'ਤੇ ਅਮਲ ਕਰਨ, ਇਸ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਮਿਲੇ ਤਾਂ ਜੋ ਲੋਕ ਇਹਨਾਂ ਨੂੰ ਸਮਝ ਸਕੇ ਅਤੇ ਨਸ਼ਾ ਛੱਡਣ ਵੱਲ ਜਾਣ। ਮੈਸੇਜ ਤਾਂ ਇਹ ਹੈ ਕਿ ਲੋਕ ਨਸ਼ਾ ਛੱਡ ਦੇਣ ਅਤੇ ਆਪਣੇ ਹੋਰ ਰੁਜ਼ਗਾਰ ਕਰਨ ਤਾਂ ਜੋ ਨਸ਼ਾ ਛੱਡ ਸਕਣ। ਅਸੀਂ ਬਸ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਹੈਗੇ ਆ ਉਹ ਨਸ਼ੇ ਪਿੱਛੇ ਨਾ ਲੱਗਣ ਅਤੇ ਜਿਹੜਾ ਆਪਣਾ ਮਤਲਬ ਹੈਲਥ ਵਗੈਰਾ ਉਹਦੇ 'ਤੇ ਜ਼ਿਆਦਾ ਫੋਕਸ ਕਰਨ, ਨਸ਼ੇ ਵਗੈਰਾ ਛੱਡ ਦੇਣ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਅੱਜ ਅਸੀਂ ਇੱਥੇ ਪ੍ਰਚਾਰ ਕਰ ਰਹੇ ਹਾਂ ਨਸ਼ਾ ਰਹਿਤ ਬਾਰੇ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਵੀ ਆਪਾਂ ਨੂੰ ਨਸ਼ਾ ਨਹੀਂ ਕਰਨਾ ਚਾਹੀਦਾ, ਹਮੇਸ਼ਾ ਮਿਹਨਤ ਕਰਨੀ ਚਾਹੀਦੀ ਆ, ਪੜ੍ਹਨਾ ਚਾਹੀਦਾ। ਜਿਹੜੇ ਲੋਕ ਸੋਚਦੇ ਨੇ ਪੜ੍ਹ ਕੇ ਅੱਗੇ ਕੁਛ ਨਹੀਂ ਬਣਦਾ, ਉਹਨਾਂ ਦੀ ਇਹ ਸੋਚ ਗਲਤ ਆ, ਠੀਕ ਆ। ਕਿਤੇ ਨਾ ਆਪਾਂ ਨੂੰ ਪੜ੍ਹਾਈ ਦਾ ਫਾਇਦਾ ਹੁੰਦਾ ਹੈ ਅਤੇ ਆਪਾਂ ਨੂੰ ਇਹ ਜਾਗਰੂਕਤਾ ਹੁੰਦੀ ਹੈ ਵੀ ਆਪਾਂ ਨੂੰ ਨਸ਼ਾ ਨਹੀਂ ਕਰਨਾ ਚਾਹੀਦਾ। ਨਸ਼ੇ ਨਾਲ ਆਪਣੇ ਘਰ ਵੀ ਬਰਬਾਦ ਹੁੰਦੇ ਨੇ ਜਿਵੇਂ ਕਿ ਆਪਾਂ ਦੇਖਦੇ ਹਾਂ, ਇਸ ਕਰਕੇ ਆਪਾਂ ਨੂੰ ਹਮੇਸ਼ਾ ਚੰਗੇ ਰਾਹ 'ਤੇ ਚੱਲਣਾ ਚਾਹੀਦਾ ਅਤੇ ਨਸ਼ੇ ਛੱਡਣੇ ਚਾਹੀਦੇ ਨੇ। ਆਪਾਂ ਨੂੰ ਅੱਜ ਕੱਲ੍ਹ ਜਿਵੇਂ ਪਤਾ ਲੱਗ ਰਿਹਾ ਆਪਣਾ ਸਾਰਾ ਯੂਥ ਮੋਸਟਲੀ ਨਸ਼ਿਆਂ 'ਤੇ ਜਾ ਰਿਹਾ, ਕੁਛ ਬੱਚੇ ਤਾਂ ਇੱਦਾਂ ਵੀ ਨੇ ਜਿਹੜੇ ਕਾਲਜ 'ਚ ਵੀ ਡਰਿੰਕ ਕਰਦੇ ਨੇ, ਠੀਕ ਹੈ। ਉਹਨਾਂ ਨੂੰ ਜਾਗਰੂਕਤਾ ਦਿਵਾਉਣੀ ਆ ਵੀ ਆਪਾਂ ਨੂੰ ਡਰਿੰਕ ਨਹੀਂ ਕਰਨੀ ਚਾਹੀਦੀ, ਉਹ ਵੀ ਆਪਣੀ ਸਿਹਤ ਲਈ ਹਾਨੀਕਾਰਕ। ਆਪਾਂ ਕਦੇ ਬੱਚੇ ਛੋਟੇ ਹੁੰਦੇ ਪਹਿਲਾਂ ਲੱਤ ਲੱਗ ਜਾਂਦੀ ਹੈ, ਫਿਰ ਵੱਡੇ ਹੋ ਕੇ ਉਹਨਾਂ ਨੂੰ ਉਹੀ ਆਦਤ ਪੈ ਜਾਂਦੀ ਹੈ, ਠੀਕ ਹੈ। ਇਸ ਕਰਕੇ ਆਪਾਂ ਨੂੰ ਨਸ਼ਾ ਨਹੀਂ ਕਰਨਾ ਚਾਹੀਦਾ।